Gurpreet Kaur ਦੀ ਉਹਨਾਂ ਦਾ ਆਸਟ੍ਰੇਲੀਆ ਵਿਜ਼ਿਟ ਵੀਜ਼ਾ ਗ੍ਰਾਂਟ ਹੋਇਆ ਪੁੱਛਦੇ ਉਹਨਾਂ ਦਾ ਐਕਸਪੀਰੀਅੰਸ ਕੈਨਵਲ ਦੇ ਨਾਲ ਕੈਨਵਲ ਦੀ ਸਾਰੀ ਟੀਮ ਦੇ ਨਾਲ ਕੀ ਹੋ ਚੱਲਿਆ ਗੁਰਪ੍ਰੀਤ ਜੀ ਕੰਗ੍ਰੈਚੁਲੇਸ਼ਨਸ ਖੁਸ਼ ਹੋ ਬਹੁਤ ਖੁਸ਼ ਹੋ 1 ਤੋਂ 10 ਕਿੰਨੇ ਖੁਸ਼ ਹੋ 100 ਵੈਰੀ ਗੁੱਡ ਪਹਿਲਾਂ ਤੁਸੀਂ ਕਦੀ ਵੀਜ਼ਾ ਨਹੀਂ ਲਿਆ ਸੀਗਾ ਕਿਸੇ ਕੰਟਰੀ ਲਈ ਗਏ ਸੀਗੇ ਰਿਫਿਊਜ਼ ਵੀ ਨਹੀਂ ਸੀਗੇ ਕਿਦੋਂ ਫਰਸਟ ਐਕਸਪੀਰੀਅੰਸ ਕੈਨਵਲ ਤੋਂ ਤੁਹਾਨੂੰ ਸਾਡੇ ਬਾਰੇ ਕਿਵੇਂ ਪਤਾ ਲੱਗਾ ਮੇਰੇ ਬੇਟੇ ਦਾ ਫਰੈਂਡ ਸੀ ਹਾਂਜੀ ਤਾਂ ਉਹਨਾਂ ਨੇ ਦੱਸਿਆ ਤਾਰੇ ਵਿੱਚ ਦੇ ਫਰੈਂਡ ਨੇ ਸੋ ਵਰਡ ਆਫ ਮਾਊਥ ਦੇ ਨਾਲ ਤੁਸੀਂ ਸਾਡੇ ਕੋਲ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਗੋਇੰਦਵਾਲ ਸਾਹਿਬ ਤੋਂ ਐਂਡ ਜਦੋਂ ਤੁਸੀਂ ਪਹਿਲੀ ਵਾਰ ਆਏ ਸਾਡੇ ਕੋਲ ਉਦੋਂ ਹੀ ਇਨਰੋਲ ਹੋ ਕੇ ਗਏ ਸੀਗੇ ਜੀ ਤਾਂ ਟਾਈਮ ਲਿਆ ਤਾਂ ਤੋਂ ਬਹੁਤ ਸਾਰੇ ਕਾਗਜ਼ ਪੱਤਰ ਲਏ ਹੋਣਗੇ ਤਾਂ ਕਰਕੇ ਵਜ਼ਾ ਸਾਡੇ ਬੇਟੇ ਦਾ ਵੀਜ਼ਾ ਹਜੇ ਪੈਂਡਿੰਗ ਹੈ ਵੀਜ਼ਾ ਆਫਸਰ ਨੇ 1-2-9 ਦੀ ਡਿਮਾਂਡ ਕੀਤੀ ਹੈ ਰਾਈਟ ਤੁਸੀਂ ਮੈਨੂੰ ਦੱਸਣਾ ਚਾਹੋਗੇ ਤੁਸੀਂ ਸਾਡੇ ਵਿਊਅਰਸ ਨੂੰ ਦੱਸਣਾ ਚਾਹੋਗੇ ਕਿ ਸਾਡੀ ਸਰਵਿਸਿਜ਼ ਕਿੱਦਾਂ ਦੀਆਂ ਲੱਗੀਆਂ ਤੁਹਾਨੂੰ ਜਾਂ ਉਹਨਾਂ ਨੂੰ ਕਹਿਣਾ ਚਾਹੋ ਕੁਝ ਸਾਡੇ ਬਾਰੇ मेरे व्यूअर्स ਨੂੰ ਤੁਸੀਂ ਸਾਡੇ ਬਾਰੇ ਕੀ ਰੈਂਕਿੰਗ ਦੇਣਾ ਚਾਹੋਗੇ 1 ਚੋਂ 100 ਚੋਂ ਕਿੰਨੇ ਨੰਬਰ ਦਿਓਗੇ ਸਾਨੂੰ 100 ਚੋਂ ਡਬਲ ਦੇ ਸਕਦੇ ਹੋ ਠੀਕ ਹੈ ਥੈਂਕ ਯੂ ਵੈਰੀ ਮਚ ਹੇਅਰ ਯੂ ਗੋ ਕੰਗ੍ਰੈਚੁਲੇਸ਼ਨਸ ਜੀ ਬਹੁਤ ਬਹੁਤ ਮੁਬਾਰਕਾਂ